ਫਿਰੋਜ਼ਪੁਰ ਫਰੀਦਕੋਟ ਸੜਕ ਦੀ ਇਸ ਖਸਤਾ ਹਾਲਤ ਵਿਰੁੱਧ ਲੋਕਾਂ ਨੇ ਧਰਨਾ ਲਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪਿਛਲੇ 2 ਸਾਲਾਂ ਤੋਂ ਸੜਕ ਦੀ ਮਾੜੀ ਹਾਲਤ ਸੰਬੰਧੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਫਿਰੋਜ਼ਪੁਰ ਫਰੀਦਕੋਟ ਵਾਲੀ ਟੁੱਟੀ ਸੜਕ ਵਿਰੁੱਧ ਲੋਕਾਂ ਦੇ ਗੁੱਸੇ ਦਾ ਲਾਵਾ ਫੁੱਟ ਪਿਆ। ਸੜਕ ਦੀ ਖਸਤਾ ਹਾਲਤ ਹੋਣ ਕਾਰਨ ਲੋਕ ਪਰੇਸ਼ਾਨ ਨੇ ਅਤੇ ਪਰੇਸ਼ਾਨ ਲੋਕਾਂ ਨੇ ਧਰਨਾ ਲਾ ਕੇ ਸੰਬੰਧਿਤ ਮਹਿਕਮੇ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ 2 ਸਾਲਾਂ ਤੋਂ ਟੁੱਟੀ ਸੜਕ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ, ਜਿਸ ਕਾਰਨ ਇਹ ਸੜਕ 'ਤੇ ਹਾਦਸੇ ਵਾਪਰ ਰਹੇ ਹਨ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਹੌਸਪਿਟਲ ਜਾਣ ਲਈ ਐਮਰਜੈਂਸੀ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਮਰੀਜ਼ ਰਾਹ ਵਿੱਚ ਹੀ ਦਮ ਤੋੜ ਦਿੰਦੇ ਹਨ। ਇਹ ਸਾਡਾ ਏਰੀਆ ਹੈਗਾ ਜੀ ਪ੍ਰਤਾਪ ਨਗਰ 3 ਨੰਬਰ 8 ਹੈ। ਇਹ ਫਿਰੋਜ਼ਪੁਰ ਤੋਂ ਫਰੀਦਕੋਟ ਰੋਡ ਹੈ। ਇਸ ਰੋਡ ਦੀ ਹਾਲਤ ਜਿਹੜੀ ਘੱਟ ਤੋਂ ਘੱਟ 2.5-3 ਸਾਲ ਹੋ ਗਏ ਨੇ। ਪ੍ਰਸ਼ਾਸਨ ਨੂੰ ਅਸੀਂ DC ਸਾਹਿਬ ਨੂੰ ਖੁਦ ਵੀ ਮੰਗ ਪੱਤਰ ਇਸ ਬਾਰੇ ਦੇ ਚੁੱਕੇ ਹਾਂ, ਐਕਸਮੈਨ ਲੀਗ ਵੱਲੋਂ ਵੀ। DC ਸਾਹਿਬ ਨੇ ਵੀ ਕੋਈ ਉਸ ਦੇ ਉੱਤੇ ਕੋਈ ਅਸਰ ਨਹੀਂ ਕੀਤਾ। ਰੋਡ ਪ੍ਰਸ਼ਾਸਨ ਨੂੰ ਵੀ ਅਸੀਂ ਜਾ ਕੇ ਦੱਸ ਚੁੱਕੇ ਹਾਂ। ਉਹ ਇੱਕ ਵਾਰੀ ਕੀ ਕਹਿ ਦਿੰਦੇ ਨੇ ਕਿ ਅਸੀਂ ਇਹਦਾ ਮਿੰਤੀ ਕਰ ਲਈ ਹੈ, ਰੋਡ ਨਵਾਂ ਬਣੇਗਾ, ਕੋਈ ਕੁਛ ਨਹੀਂ। ਇਹਦੇ ਵਿੱਚ ਬਹੁਤ ਵਾਰ ਅਸੀਂ ਵੇਖਿਆ ਕਿ ਕਈ ਛੋਟੇ ਬੱਚਿਆਂ ਦੇ ਨਾਲ, ਆਪਣੇ ਵਾਈਫ ਦੇ ਨਾਲ ਕੋਈ ਮੋਟਰਸਾਈਕਲ ਸਕੂਟਰੀ 'ਤੇ ਜਾ ਰਿਹਾ, ਕਈ ਵਾਰੀ ਚਿੱਕੜ 'ਚ ਡਿੱਗੇ, ਅਸੀਂ ਖੁਦ ਕੱਢੇ ਨੇ, ਉਹਨਾਂ ਨੂੰ ਉਠਾਇਆ। ਇਹ ਹੁਣ ਤਾਂ ਤੁਸੀਂ ਦੇਖ ਰਹੇ ਜੇ ਕਿ ਪਾਣੀ ਘੱਟ ਹੈ, ਜਦੋਂ ਇੱਥੇ ਪਾਣੀ ਦਾ ਘੱਟ ਘੱਟ 2.5-3 ਫੁੱਟ ਪਾਣੀ ਇੱਥੇ ਹੋ ਜਾਂਦਾ ਅਤੇ ਲੰਘਣ ਵਾਲਿਆਂ ਨੂੰ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ। ਇਹ ਜੀ 4 ਨੰਬਰ 8 ਪ੍ਰਤਾਪ ਨਗਰ ਫਿਰੋਜ਼ਪੁਰ ਸਿਟੀ ਤੋਂ ਜਿਹੜੀ ਫਿਰੋਜ਼ਪੁਰ ਫਰੀਦਕੋਟ ਰੋਡ ਹੈ, ਇਹ ਉਸਦੀ ਲੋਕੇਸ਼ਨ ਹੈ ਅਤੇ ਇਹ ਕੋਈ ਅੱਜ ਦੀ ਹਾਲਾਤ ਨਹੀਂ, ਇਹ ਘੱਟ ਤੋਂ ਘੱਟ 2-2.5 ਸਾਲ ਤੋਂ ਇਵੇਂ ਚੱਲ ਰਿਹਾ। ਸਰਕਾਰ ਬਣੀ ਨੂੰ ਵੀ 2.5 ਸਾਲ ਹੋ ਗਏ, ਸਰਕਾਰ ਦੇ ਵਿੱਚੋਂ ਵੀ ਕੋਈ ਇੱਥੇ ਦੇਖਣ ਨਹੀਂ ਆਉਂਦਾ। ਡੇਲੀ ਇੱਥੇ ਘੱਟ ਤੋਂ ਘੱਟ 40-50 ਮੰਤਰੀ ਕ੍ਰੋਸ ਹੁੰਦੇ ਆ, ਆਉਂਦੇ ਵੀ ਹੈ। DC ਸਾਹਿਬ ਵੀ ਇੱਥੋਂ ਡੇਲੀ ਲੰਘਦੇ ਹੋਣਗੇ ਮੇਰੇ ਹਿਸਾਬ 'ਚ, ਪਰ ਉਹਨਾਂ ਨੇ ਵੀ ਕਦੀ ਇਸ ਚੀਜ਼ ਨੂੰ ਵੇਖਿਆ ਨਹੀਂ ਵੀ ਇੱਥੇ ਲੋਕਾਂ ਦੀ ਹਾਲਤ ਕੀ ਹੈ, ਸੜਕ ਦੀ ਹਾਲਤ ਕੀ ਹੈ। ਜਦੋਂ ਬਾਰਿਸ਼ ਪੈਂਦੀ ਇੱਥੇ ਕਿਸ਼ਤੀਆਂ ਚੱਲਣ ਵਾਲਾ ਮੌਸਮ ਮਾਹੌਲ ਬਣ ਜਾਂਦਾ। ਅੱਜ ਦੀ ਡੇਟ ਦੇ ਵਿੱਚ ਤੁਸੀਂ ਵੇਖੋਗੇ ਨਾ, ਅੱਜ ਇੱਕ ਹਫ਼ਤਾ ਬਾਰਿਸ਼ ਪਈ ਨੂੰ ਹੋ ਗਿਆ, ਚਿੱਕੜ ਦੇਖ ਲਓ ਤੁਸੀਂ, ਅੱਜ ਵੀ ਉਨਾ ਹੀ ਹੈ, ਘਟਿਆ ਨਹੀਂ ਹੈ। ਜੇ ਤੁਸੀਂ ਕਹੋਗੇ ਵੀ ਇਹ ਘੱਟ ਜੂਗਾ, ਇਹ ਅੱਜ 2 ਕੱਲ੍ਹ ਨੂੰ ਜੇ ਬਾਰਿਸ਼ ਫਿਰ ਪੈ ਗਈ ਹਫ਼ਤੇ ਤੱਕ ਫਿਰ ਇਹੀ ਹਾਲ ਰਹੂਗਾ ਅਤੇ ਆਸੇ ਪਾਸੇ ਵਾਲੀ ਮਾਰਕੀਟ ਵਾਲੀ ਜਨਤਾ ਇੰਨੀ ਪਰੇਸ਼ਾਨ ਹੁੰਦੀ ਹੱਦ ਤੋਂ ਵੱਧ। ਪਰ ਗੱਲ ਕਰੀਏ ਅੱਜ ਤੁਸੀਂ ਜਿਹੜਾ ਕੀ ਇੱਥੇ ਕਰ ਰਹੇ ਹੋ, ਅਸੀਂ ਜੇ ਰੋਡ ਜਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੇ ਕੋਈ ਅਸਰ ਹੋ ਜਾਏ ਤਾਂ, ਜੇ ਫਿਰ ਵੀ ਨਾ ਕੋਈ ਅਸਰ ਹੋਇਆ ਤਾਂ ਅਸੀਂ ਬਿਲਕੁਲ ਹੀ ਚੱਕਾ ਜਾਮ ਕਰ ਦਾਂਗੇ, ਫਿਰ ਸ਼ਾਇਦ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ੍ਹ ਜਾਣ, ਪਰ ਸਾਨੂੰ ਲੱਗਦਾ ਨਹੀਂ ਵੀ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਫਿਰੋਜ਼ਪੁਰ ਤੋਂ ਜਗਦੀਸ਼ ਕੁਮਾਰ ਦੀ ਰਿਪੋਰਟ।